ਇਹ ਆ ਜੀ ਸ੍ਰੀ ਦਾ ਦਰਖਤ ਜੋ ਇਤਿਹਾਸਿਕ ਆ ਜਿਸ ਦੇ ਥੱਲੇ ਸਤਿਗੁਰੂ ਜੀ ਬੈਠ ਕੇ ਸਤਸੰਗ ਕਰਿਆ ਕਰਦੇ ਸਨ ਇਸ ਸਥਾਨ ਤੇ ਖੂਹ ਨੂੰ ਪ੍ਰਗਟ ਕੀਤਾ ਸੀ ਇਸ ਬੋਰਡ ਦੇ ਥੱਲੇ ਇਸ ਜਗ੍ਹਾ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਹਾਂਜੀ ਸੰਗਤ ਜੀ ਜੈ ਗੁਰਦੇਵ ਧੰਨ ਗੁਰਦੇਵ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਉਸ ਸਥਾਨ ਤੇ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਸਨ ਔਰ ਇਹ ਇਤਿਹਾਸਿਕ ਸਥਾਨ ਨੇੜੇ ਅਟਾਰੀ ਬਾਰਡਰ ਔਰ ਪਿੰਡ ਡੰਡੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਔਰ ਇਹ ਬੱਸ ਸਟੈਂਡ ਤੋਂ 35 ਕਿਲੋਮੀਟਰ ਦੀ ਦੂਰੀ 'ਤੇ ਪੈਂਦਾ ਹੈ ਔਰ ਇਸ ਸਥਾਨ ਬਾਰੇ ਸੰਗਤਾਂ ਨੂੰ ਬਹੁਤ ਘੱਟ ਜਾਣਕਾਰੀ ਹੈ ਔਰ ਆਓ ਤੁਹਾਨੂੰ ਆਪਾਂ ਇੱਥੋਂ ਦੇ ਦਰਸ਼ਨ ਕਰਵਾਵਾਂਗੇ ਇਸ ਸਥਾਨ 'ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸੰਤ ਮੰਡਲੀ ਸਮੇਤ 40 ਦਿਨ ਰੁਕੇ ਸਨ ਆਓ ਸੰਗਤ ਜੀ ਤੁਹਾਨੂੰ ਆਪਾਂ ਅੰਦਰ ਤੋਂ ਦਰਸ਼ਨ ਕਰਵਾਵਾਂਗੇ ਇਸ ਸਥਾਨ 'ਤੇ ਕੁਝ ਇਤਿਹਾਸਿਕ ਚੀਜ਼ਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪੁਰਾਣੇ ਟਾਈਮ ਦੀਆਂ ਨੇ ਔਰ ਇੱਥੋਂ ਦੇ ਪਿੰਡ ਦੀਆਂ ਸੰਗਤਾਂ ਨੇ ਔਰ ਇੱਥੇ ਦਾ ਇਤਿਹਾਸ ਨੂੰ ਬਚਾ ਕੇ ਰੱਖਿਆ ਹੋਇਆ ਆ ਔਰ ਇੱਧਰ ਸਾਹਮਣੇ ਮੰਦਿਰ ਵੀ ਹੈ ਸਤਿਗੁਰੂ ਦਾਸ ਮਹਾਰਾਜ ਦਾ ਔਰ ਇੱਥੇ ਪੁਰਾਤਨ ਇਤਿਹਾਸਿਕ ਖੂਹ ਵੀ ਮੌਜੂਦ ਹੈ ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਇਸ ਸਥਾਨ 'ਤੇ ਸੰਤ ਮੰਡਲੀ ਸਮੇਤ ਆਏ ਸੀ ਤਾਂ ਪਾਣੀ ਦੀ ਕੋਈ ਸਰੋਤ ਨਹੀਂ ਸੀ ਅਤੇ ਫਿਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਇਸ ਸਥਾਨ 'ਤੇ ਖੂਹ ਨੂੰ ਪ੍ਰਗਟ ਕੀਤਾ ਸੀ ਔਰ ਪੁਰਾਣੇ ਬਜ਼ੁਰਗਾਂ ਦੇ ਦੱਸੇ ਅਨੁਸਾਰ ਇਹ ਸਾਲ ਦੇ ਵਿੱਚ ਇੱਕ ਵਾਰ ਪੂਰਾ ਕੰਢਿਆਂ ਤੱਕ ਭਰ ਜਾਂਦਾ ਸੀ ਔਰ ਤੁਸੀਂ ਸਾਹਮਣੇ ਦੇਖ ਸਕਦੇ ਹਾਂ ਲਿਖਿਆ ਹੋਇਆ ਆ ਔਰ ਬੋਰਡ ਲੱਗਾ ਹੋਇਆ ਆ ਔਰ ਆਓ ਤੁਹਾਨੂੰ ਆਪਾਂ ਅੱਗੇ ਤੋਂ ਵੀ ਕੁਝ ਇਤਿਹਾਸਿਕ ਚੀਜ਼ਾਂ ਦਿਖਾਵਾਂਗੇ ਔਰ ਇਹ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਸਮਾਧੀ ਸਥਲ ਜੋ 5 ਸੰਤ ਮਹਾਂਪੁਰਸ਼ਾਂ ਦੇ ਸਮਾਧੀ ਸਥਲ ਨੇ ਆਓ ਤੁਹਾਨੂੰ ਆਪਾਂ ਅੱਗੇ ਇਤਿਹਾਸਿਕ ਉਹ ਦਰਖਤ ਦਿਖਾਵਾਂਗੇ ਜਿਸ ਨੂੰ ਸ੍ਰੀ ਦਾ ਦਰਖਤ ਕਿਹਾ ਜਾਂਦਾ ਆ ਔਰ ਇਹ ਸਾਹਮਣੇ ਬੋਰਡ ਲੱਗਾ ਹੋਇਆ ਆ ਔਰ ਇਹ ਆ ਜੀ ਸ੍ਰੀ ਦਾ ਦਰਖਤ ਜੋ ਇਤਿਹਾਸਿਕ ਆ ਔਰ ਇਹ ਬੋਰਡ ਲੱਗਾ ਹੋਇਆ ਇਸ ਉੱਤੇ ਤੁਸੀਂ ਪੜ੍ਹ ਵੀ ਸਕਦੇ ਹੋ ਪਵਿੱਤਰ ਸ੍ਰੀ ਦਾ ਦਰਖਤ ਔਰ ਪੁਰਾਣੇ ਬਜ਼ੁਰਗਾਂ ਦੇ ਅਨੁਸਾਰ ਇਹ ਦੱਸਿਆ ਜਾਂਦਾ ਹੈ ਕਿ ਇਹ ਦਰਖਤ ਬਹੁਤ ਵੱਡਾ ਸੀ ਜਿਸ ਦੇ ਥੱਲੇ ਸਤਿਗੁਰੂ ਜੀ ਬੈਠ ਕੇ ਸਤਸੰਗ ਕਰਿਆ ਕਰਦੇ ਸਨ ਔਰ ਇਸ ਦਰਖਤ ਨੂੰ ਅੱਜ ਵੀ ਸਤਿਗੁਰੂ ਜੀ ਦੀ ਯਾਦ ਵਜੋਂ ਸੰਭਾਲ ਕੇ ਰੱਖਿਆ ਗਿਆ ਹੈ ਸਾਹਮਣੇ ਤੁਸੀਂ ਦੇਖ ਸਕਦੇ ਹਾਂ ਇਹ ਸ੍ਰੀ ਦਾ ਦਰਖਤ ਔਰ ਤੁਸੀਂ ਇੱਥੇ ਆ ਕੇ ਦਰਸ਼ਨ ਵੀ ਕਰ ਸਕਦੇ ਹੋ ਔਰ ਆਓ ਸੰਗਤ ਜੀ ਆਪਾਂ ਅੱਗੇ ਚੱਲਦੇ ਹਾਂ ਔਰ ਇਹ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਕਾਫੀ ਵੱਡਾ ਬੋਰਡ ਦਾ ਦਰਖਤ ਹੈ ਔਰ ਪੁਰਾਣੇ ਬਜ਼ੁਰਗਾਂ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਇਸ ਬੋਰਡ ਦੇ ਥੱਲੇ ਇਸ ਜਗ੍ਹਾ 'ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸੰਤ ਮੰਡਲੀ ਦੇ ਲਈ ਲੰਗਰ ਪ੍ਰਸ਼ਾਦੇ ਬਣਾਉਣ ਲਈ ਜ਼ਮੀਨ ਵਿੱਚ ਇੱਕ ਪੱਠੀ ਬਣਾ ਕੇ ਉਸ ਉੱਪਰ ਸਿੱਧੀ ਸਲੇਟ ਨੁਮਾ ਲੋਹ ਦੀ ਵਿਵਸਥਾ ਕੀਤੀ ਗਈ ਸੀ ਹੁਣ ਇੱਥੇ ਬੋਰਡ ਦਾ ਦਰਖਤ ਮੌਜੂਦ ਹੈ ਔਰ ਆਓ ਤੁਹਾਨੂੰ ਆਪਾਂ ਅੱਗੇ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਰ ਦੇ ਨਿਸ਼ਾਨ ਸਾਹਿਬ ਔਰ ਇਹ ਮਹਾਂਪੁਰਸ਼ਾਂ ਦਾ ਮੰਦਿਰ ਹੈ ਔਰ ਆਓ ਤੁਹਾਨੂੰ ਆਪਾਂ ਇੱਧਰ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ
अंदर तो मंदिर के दर्शन करवावांगे। सो संगत जी, इस स्थान के जरूर दर्शन करो जी। जो भी तुसी अमृतसर आते हो तो इस स्थान के जरूर दर्शन करके जाओ जी। और सामने सतगुरु दास महाराज के इतिहास के बारे लिखा हुआ है, श्री गुरु रविदास नौजवान सभा और पिंड डंडे, और अंदर दे दर्शन कर सकते हो। सतगुरु रविदास महाराज जी का स्वरूप लगा हुआ है। और बाहर तो तुसी देख सकते हो, और सामने तुसी देख सकते हो सतगुरु दास महाराज की पावन अमृत वाणी, और दर्शन कर सकते हो। होर भी जानकारी लैण दे लई तुसी उत्थों दीआं संगतां तों प्राप्त कर सकते हो। और ये तुसी अंदरों मंदिर दे दर्शन कर रहे हो संगत जी। और वध तों वध संगतां इस स्थान ते जरूर पहुँचो जी और दर्शन करो जी। जय गुरदेव, धन गुरदेव सारियां संगतां नूं।